ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਧਿਆਨ ਸਿੰਘ, ਰਾਈਟਲਿੰਗਸ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਿਟਡ ਪਟਿਆਲਾ ਤੋਂ। ਸੋ ਅੱਜ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਅਪਡੇਸ਼ਨ ਦੇਵਾਂਗਾ। ਕੈਨੇਡਾ ਇਮੀਗ੍ਰੇਸ਼ਨ ਵੱਲੋਂ ਆਈ ਥਿੰਕ ਮਹੀਨਾ ਕੁ ਪਹਿਲਾਂ ਕੁਝ ਅਪਡੇਟ ਹੋਈ ਸੀਗੀ ਆਇਲਸ ਤੇ ਪੀਟੀ ਨੂੰ ਲੈ ਕੇ, ਜਿਸ 'ਚ ਉਹਨਾਂ ਨੇ ਅਪਡੇਟ ਕੀਤਾ ਸੀਗਾ ਵੀ ਬੈਂਡ ਸਕੋਰ ਨੂੰ ਲੈ ਕੇ, ਵੀ ਜੇ ਓਵਰਆਲ ਬੱਚੇ ਦੇ 6 ਬੈਂਡ ਨੇ, 1 ਮੋਡਿਊਲ ਜਾਂ 2 ਮੋਡਿਊਲ 'ਚੋਂ 5.5 ਬੈਂਡ ਨੇ, ਤਾਂ ਉਸ ਬਿਹਾਰ 'ਤੇ ਅਸੀਂ ਮੈਕਸੀਮਮ ਵੀਜ਼ਾ ਅਪਰੂਵ ਕਰਾਂਗੇ। ਸੋ ਸੈਕਿੰਡ ਸੀਗੀ ਅਪਡੇਸ਼ਨ ਪੀਟੀ ਨੂੰ ਲੈ ਕੇ, ਜੋ ਕਿ ਸੀਗਾ ਵੀ ਓਵਰਆਲ 60 ਸਕੋਰ ਹੋਵੇ ਤਾਂ 60 ਦੇ ਵੀਜ਼ੇ ਲੱਗਣਗੇ। ਸੋ ਹੁਣ ਇਹ ਜਿਹੜੇ ਬੱਚਿਆਂ ਨਾਲ ਇਸ ਤੁਹਾਨੂੰ ਮੈਂ ਮਿਲਾਉਣਾ ਚਾਹੁੰਦਾ, ਜਾਂ ਇਸ ਤੋਂ ਪਹਿਲਾਂ ਵੀ ਜਿਹੜੇ ਵੀਜ਼ੇ ਆਏ ਨੇ, ਸੋ ਇਹ ਉਹ ਕੈਟਾਗਰੀ ਦੇ ਬੱਚੇ ਨੇ ਜਿਨ੍ਹਾਂ ਦੇ 1 ਮੋਡਿਊਲ ਦੇ ਵਿੱਚੋਂ 5.5 ਬੈਂਡ ਸੀਗੇ, ਤੇ ਇਸ ਤੋਂ ਪਹਿਲਾਂ ਵੀ 3 ਰਿਫਿਊਜ਼ਲਾਂ ਸੀਗੀਆਂ, ਤੇ ਫਿਰ ਵੀ ਅੱਜ ਸਟੂਡੈਂਟ ਦਾ ਵੀਜ਼ਾ ਅਪਰੂਵ ਹੋਇਆ। ਸੋ ਅੱਜ ਮੈਂ ਤੁਹਾਨੂੰ ਮਿਲਾਉਣਾ ਅਭਿਜੀਤ ਕਾਲਰ ਨਾਲ, ਜਿਨ੍ਹਾਂ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਅਪਰੂਵ ਹੋਇਆ 3 ਰਿਫਿਊਜ਼ਲਾਂ ਤੋਂ ਬਾਅਦ ਤੇ 1.5 ਬੈਂਡ ਬੈਂਡ ਤੇ। ਸੋ ਬਾਕੀ ਦੀ ਪ੍ਰੋਫਾਈਲ ਅਭਿਜੀਤ ਖੁਦ ਦੱਸਣਗੇ, ਇਹਨਾਂ ਦਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੇ ਕਿਵੇਂ ਪਤਾ ਲੱਗਿਆ ਰਾਈਟ ਲਿੰਕਸ ਬਾਰੇ, ਤੇ ਕਿੰਨੇ ਟਾਈਮ 'ਚ ਇਹਨਾਂ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਅਪਰੂਵ ਹੋਇਆ। ਜੀ ਅਭਿਜੀਤ, ਸਭ ਤੋਂ ਪਹਿਲਾਂ ਅਭਿਜੀਤ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਕੈਨੇਡਾ ਸਟੱਡੀ ਵੀਜ਼ਾ ਤੇ। ਥੈਂਕ ਯੂ। ਤੇ ਕੀ ਕਹਿਣਾ ਚਾਹੋਗੇ ਤੁਸੀਂ ਆਪਣੀ ਫੈਮਿਲੀ? ਸਤਿ ਸ਼੍ਰੀ ਅਕਾਲ, ਮੇਰਾ ਨਾਮ ਅਭਿਜੀਤ ਸਿੰਘ ਕਲਰਾ ਤੇ ਮੈਂ ਸ਼ਹਿਰ ਪਟਿਆਲੇ ਤੋਂ ਬਿਲੋਂਗ ਕਰਦਾ, ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੇਰਾ ਸਟੱਡੀ ਵੀਜ਼ਾ ਅਪਰੂਵ ਹੋਇਆ 3 ਰਿਫਿਊਜ਼ਲਾਂ ਤੋਂ ਬਾਅਦ, ਤੇ ਇਹ ਸਿਰਫ ਹੋਇਆ ਰਾਈਟਲਿੰਗ ਇਮੀਗ੍ਰੇਸ਼ਨ ਦੇ ਬਦੌਲਤ। ਤੇ ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਦੱਸਣਾ ਚਾਹੁੰਦਾ ਵੀ ਜਿਹੜਾ ਮੇਰਾ ਸਟੱਡੀ ਵੀਜ਼ਾ ਆਇਆ ਹੈ, ਕਾਫੀ ਟਫ ਸਿਚੁਏਸ਼ਨ ਸੀਗੀ ਐਂਡ ਇਹ ਇੱਕ ਈਜ਼ੀ ਕੰਮ ਨਹੀਂ ਸੀਗਾ। ਸੋ ਬਹੁਤ ਹੋਰ ਚੀਜ਼ਾਂ ਵੀ ਕੀਤੀਆਂ ਜਿਹੜੀ ਅੱਗੇ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੁਹਾਨੂੰ ਜੀ। ਸੋ ਅਭਿਜੀਤ, ਇਹ ਤਾਂ ਸੀਗਾ ਤੁਹਾਡਾ ਇੱਕ ਆਪਾਂ ਕਹਿ ਲਓ ਵੀ ਇੰਟਰੋਡਕਸ਼ਨ, ਵੀ ਤੁਹਾਡਾ ਹਨਾ 3 ਰਿਫਿਊਜ਼ਲਾਂ ਸੀਗੀਆਂ, ਜੇ ਆਪਾਂ ਬੈਂਡ ਦੀ ਗੱਲ ਕਰੀਏ ਤੁਹਾਡੇ 1 ਮੋਡਿਊਲ 'ਚੋਂ 5.5 ਬੈਂਡ ਸੀਗੇ ਹਨਾ। ਸੋ ਫਿਰ ਵੀ ਤੁਹਾਡਾ ਇੱਕ ਆਪਾਂ ਇਹ ਕਹਿ ਸਕਦੇ ਕੈਨੇਡਾ ਦਾ ਵੀਜ਼ਾ ਅਪਰੂਵ ਹੋਇਆ, ਇੱਕ ਮਿਹਨਤ ਸਦਕਾ ਲਾ ਲਓ ਵੀ ਰਾਈਟ ਲਿੰਕਸ ਨੇ ਤੁਹਾਡੀ ਪ੍ਰੋਫਾਈਲ ਤੇ ਕੰਮ ਕੀਤਾ, ਜਿਸ ਦੇ ਹਫ਼ਤੇ ਅੱਜ ਤੁਹਾਡਾ ਵੀਜ਼ਾ ਅਪਰੂਵ ਹੈ। ਕਿੰਨੇ ਖੁਸ਼ ਹੋ ਅਭਿਜੀਤ? ਦੇਖੋ, ਖੁਸ਼ ਦੀ ਗੱਲ ਕਰੀਏ ਤਾਂ ਮੈਂ ਬਹੁਤ ਖੁਸ਼ ਹਾਂ, ਕਿਉਂਕਿ ਇਹ ਇੱਕ ਟਾਈਪ ਦਾ ਮੇਰਾ ਸੁਪਨਾ ਹੀ ਸੀਗਾ, ਡ੍ਰੀਮ ਸੀਗਾ ਤੁਹਾਡਾ। ਤੇ ਮੈਂ ਪਹਿਲਾਂ ਵੀ ਬਹੁਤ ਕੋਸ਼ਿਸ਼ ਕੀਤੀ ਵੀ ਕਿਸੇ ਤਰੀਕੇ ਮੈਂ ਆਪਣਾ ਬਣਾ ਲਾਂ ਬਾਹਰ ਦਾ, ਰਾਈਟ? ਪਰ ਜਿਵੇਂ ਕਿ ਦੇਖ ਸਕਦੇ ਵੀ ਪਹਿਲਾਂ ਮੇਰੀ ਜਿਹੜੀ ਪ੍ਰੋਫਾਈਲ ਸੀਗੀ, ਮੈਂ +2 2020 ਦੇ ਵਿੱਚ ਕੀਤੀ ਹੈ ਜੀ। ਤੇ ਪਹਿਲਾਂ 10th ਦੇ ਵਿੱਚ ਮੇਰੇ ਆਲਮੋਸਟ 50% ਸੀਗੇ। ਸੋ ਹਾਂ, ਆਪਾਂ ਐਜੂਕੇਸ਼ਨ ਬੈਕਗ੍ਰਾਉਂਡ ਤੇ ਆ ਗਏ ਅਭਿਜੀਤ, ਤੁਹਾਡੇ 10th ਕੀਤੀ, ਆਈ ਥਿੰਕ CBSE ਸੀ ਕਿਹਦਾ, ਤੇ 50% ਤੁਹਾਡੇ ਨੰਬਰ ਸੀਗੇ। ਦੈਨ ਫਿਰ ਉਸ ਤੋਂ ਬਾਅਦ ਤੁਸੀਂ ਆਈ ਥਿੰਕ +2 ਕੀਤੀ, +2 ਬੋਰਡ ਕਿਹੜਾ ਸੀਗਾ ਤੁਹਾਡਾ? +2 ਦੇ ਵਿੱਚ PSEB ਸੀਗਾ ਜੀ। ਸੋ ਉਹਦੇ ਵਿੱਚ ਮੈਨੂੰ ਥੋੜੀ ਜਿਹੀ ਹੈਲਪ ਮਿਲੀ ਹੈ ਵੀ ਲਾਈਕ ਬੋਰਡ ਚੇਂਜ ਕੀਤਾ ਜਦ ਮੈਂ, ਤਾਂ ਥੋੜੇ ਪਰਸੈਂਟੇਜ ਵਧੇ ਜੀ, 57 ਆਏ ਆ, ਬਟ ਇੰਨੇ ਜ਼ਿਆਦਾ ਵੀ ਨਹੀਂ ਹੈ, ਬਟ ਇਹ ਵੀ ਕਾਫੀ ਰਾਈਟ। ਸੋ ਯਾਨੀ ਕਿ ਆਪਾਂ ਗੱਲ ਕਰੀਏ ਤੁਹਾਡੀ ਜਿਹੜੀ ਲਾਸਟ ਐਜੂਕੇਸ਼ਨ ਆ ਅਭਿਜੀਤ, 2020 ਪਾਸ ਆਊਟ ਹੈ। ਹਾਂਜੀ। ਸੋ ਜੀ ਇਹ ਦੱਸੀ ਕਿ ਤੁਹਾਡੀ ਐਜੂਕੇਸ਼ਨ ਬੈਕਗ੍ਰਾਉਂਡ, ਜਿਸ ਤੋਂ ਬਾਅਦ ਤੁਸੀਂ ਆਇਲਸ ਪ੍ਰੈਪਰੇਸ਼ਨ ਕੀਤੀ, ਕੀ ਬੈਂਡ ਸਕੋਰ ਸੀਗਾ ਉਦੋਂ ਤੁਹਾਡਾ? ਪਹਿਲਾਂ ਸਟਾਰਟਿੰਗ ਦੇ ਵਿੱਚ ਮੇਰਾ ਬੈਂਡ ਸਕੋਰ ਸੀਗਾ 2 ਮੋਡਿਊਲ ਦੇ ਵਿੱਚ ਮੇਰੇ 5.5 ਸੀਗੇ, ਬਟ ਓਵਰਆਲ ਮੇਰੇ 6 ਬੈਂਡ ਸੀਗੇ, 6 ਸੀਗੇ, ਐਂਡ ਮੈਂ ਟਰਾਈ ਕੀਤਾ ਬਹੁਤ ਵੀ ਇਹ ਤੋਂ ਇੰਪਰੂਵ ਕਰਾਂ ਜੀ, ਬਟ ਉਸ ਟਾਈਮ ਸੀਰੀਅਸ ਨਹੀਂ ਸੀ ਜਾਂ ਫਿਰ ਹੋਰ ਕੋਈ ਚੀਜ਼ ਲਾ ਲਓ, ਰਾਈਟ ਜੀ ਜੀ, ਟਾਈਮ ਹੁੰਦਾ ਇੱਕ, ਟਾਈਮ ਹੁੰਦਾ ਵੀ ਗੱਲ ਵੀ ਉਮਰ ਹੁੰਦੀ ਆ ਉਸ ਟਾਈਮ, ਚਾਹੇ ਸੋਚ ਲੈਂਦਾ ਵੀ ਆਪਾਂ ਘੁੰਮੀਏ ਵੀ ਫਿਰੀਏ ਵੀ ਕੋਈ ਨੀ ਫਿਰ ਕਰ ਲਾਂਗੇ ਹਨਾ। ਸੋ ਕੋਈ ਗੱਲ ਨੀ। ਤੇ ਅਭਿਜੀਤ, ਜੇ ਆਪਾਂ ਕਰੀਏ ਪਹਿਲੀ ਫਾਈਲ ਨੂੰ ਲੈ ਕੇ, ਤੁਸੀਂ ਜਿਹੜੀ ਪਹਿਲੀ ਫਾਈਲ ਲਾਈ ਸੀਗੀ, ਕਦੋਂ ਲਾਈ ਤੇ ਕਦੋਂ ਰਿਫਿਊਜ਼ ਹੋਈ ਤੇ ਕੀ ਕਾਰਨ ਲੱਗਿਆ? ਪਹਿਲੀ ਫਾਈਲ ਮੈਂ ਆਪਣੇ 2 ਮੋਡਿਊਲ ਦੇ ਵਿੱਚ ਮੇਰੇ 5.5 ਸੀਗੇ,
ਐਂਡ ਓਵਰਆਲ 6 ਬੈਂਡ ਸੀਗੇ। ਇਹ ਮੈਂ ਲਾਈ ਸੀਗੀ, ਵਾਈਟ ਹਾਰਸ ਹੈਗਾ ਇੱਕ ਉੱਥੇ ਯੂਕਨ ਯੂਨੀਵਰਸਿਟੀ ਜੀ, ਐਂਡ ਉੱਥੇ ਆਲਮੋਸਟ ਮੈਂ ਜੂਨ ਦੇ ਵਿੱਚ ਫਾਈਲ ਲਾਈ ਸੀਗੀ ਜੀ, ਤੇ ਮੈਂ ਜੂਨ ਦੇ ਮਿਡ ਐਂਡ ਐਂਡ ਦੇ ਵਿੱਚ ਮੇਰੀ ਰਿਫਿਊਜ਼ਲ ਆ ਗਈ ਸੀਗੀ 15 ਤੋਂ 20 ਦਿਨਾਂ ਦੇ ਵਿੱਚ। ਡਨ। ਸੋ ਤੇ ਸੈਕਿੰਡ ਫਾਈਲ ਤੁਸੀਂ ਕਦੋਂ ਲਾਈ ਤੇ ਕਿਹੜੇ ਕਾਲਜ ਚ ਲਾਈ ਤੇ ਕਿੰਨੇ ਟਾਈਮ ਚ ਫਾਈਲ ਰਿਕੁਐਸਟ ਹੋਈ? ਸੈਕਿੰਡ ਫਾਈਲ ਮੈਂ ਲਾਈ ਸੀਗੀ ਕੋਨੇਸਟੋਗਾ ਕਾਲਜ, ਸੇਮ ਬੈਂਡ ਤੇ। ਮੈਂ ਕੋਈ ਬੈਂਡ ਇੰਪਰੂਵ ਨਹੀਂ ਕੀਤੇ ਸੀਗੇ ਤੇ ਸੈਕਿੰਡ ਜਿਹੜੀ ਮੇਰੀ ਉਹ ਪ੍ਰੋਫਾਈਲ ਸੀਗੀ ਉਹ ਵੀ ਆਲਮੋਸਟ ਸੇਮ ਹੀ ਸੀਗੀ, ਬਟ ਕਾਲਜ ਚੇਂਜ ਕੀਤਾ ਸੀ ਤੇ ਕੋਰਸ ਚੇਂਜ ਕੀਤਾ ਸੀਗਾ, ਤੇ ਉਹ ਮੈਂ ਲਾਈ ਸੀਗੀ ਅਕਟੂਬਰ ਦੇ ਵਿੱਚ ਲਾਈ ਸੀ ਫਾਈਲ, ਐਂਡ ਨਵੰਬਰ ਦੇ ਵਿੱਚ ਮੇਰੀ ਰਿਫਿਊਜ਼ਲ ਆ ਗਈ ਸੀ ਵਿਦ ਇਨ 1 ਮੰਥ। ਯਾਨੀ ਕਿ ਸੈਕਿੰਡ ਰਿਫਿਊਜ਼ਲ ਇਸੇ ਕਿ ਫਸਟ ਦੋ ਹੋ ਗਈਆਂ, ਤੇ ਥਰਡ ਰਿਫਿਊਜ਼ਲ ਜੇ ਆਪਾਂ ਗੱਲ ਕਰੀਏ ਕਿਹੜਾ ਕਾਲਜ ਤੇ ਕਿਹੜਾ ਮੰਥ ਸੀ ਗਰੀ? ਸੈਕਿੰਡ ਜਿਹੜੀ ਥਰਡ ਰਿਫਿਊਜ਼ਲ ਸੀਗੀ ਉਹ ਮੇਰੀ ਸੀ ਵੈਨਕੂਵਰ ਕੈਂਬਰੀਅਨ ਕਾਲਜ ਹੈ ਜੀ, ਜਿੱਥੇ ਮੇਰੀ ਅਗੇਨ ਸੇਮ ਬੈਂਡ ਸਕੋਰ ਸੀਗੇ, ਐਂਡ ਮੈਂ ਦਿਸੰਬਰ ਦੇ ਵਿੱਚ ਫਾਈਲ ਲਾਈ ਸੀਗੀ ਦਿਸੰਬਰ ਦੇ ਐਂਡ ਤੱਕ ਜੀ, ਐਂਡ ਫੈਬਰੀ ਦੇ ਸਟਾਰਟਿੰਗ ਦੇ ਵਿੱਚ ਮੇਰੀ ਰਿਫਿਊਜ਼ਲ ਆ ਗਈ ਸੀਗੀ। ਸੋ ਇੰਨੀ ਰਿਫਿਊਜ਼ਲਾਂ ਤੋਂ ਬਾਅਦ ਅਭਿਜੀਤ ਫਿਰ ਵੀ ਤੁਹਾਡਾ ਕਿਵੇਂ ਇੱਕ ਪਲਾਨ ਬਣਿਆ ਵੀ ਮੈਂ 3 ਵਾਰ ਰਿਫਿਊਜ਼ ਹੋ ਚੁੱਕਿਆ, ਕੀ ਹੋਪ ਹੋ ਕਿ ਮੈਨੂੰ ਹੋਵੇ ਮੇਰਾ ਵੀਜ਼ਾ ਲੱਗੇ, ਤੇ ਕਿਵੇਂ ਪਤਾ ਲੱਗਿਆ ਵੀ ਮੈਂ ਫਿਰ ਰਾਈਟਲਿੰਗਸ ਵਿਜ਼ਿਟ ਕਰਾਂ? ਉਹ ਥੋੜਾ ਜਿਹਾ ਐਕਸਪਲੋਰ ਕਰੋ ਆਡੀਅੰਸ ਨੂੰ, ਕਿਉਂਕਿ ਤੁਹਾਡੇ ਵਰਗੇ ਬਹੁਤ ਸਟੂਡੈਂਟ ਨੇ ਹੈ ਜਿਹੜੇ ਸਿਰਫ ਇੱਕ ਮਿਸ ਗਾਈਡ ਕਰਕੇ ਲਾ ਲਓ ਵੀ ਮਿਸ ਰਿਪ੍ਰੈਜੈਂਟੇਸ਼ਨ ਕਰਕੇ ਫਾਈਲਾਂ ਰਿਫਿਊਜ਼ ਹੋ ਜਾਂਦੀਆਂ ਨੇ, ਬਟ ਉਹ ਇੱਕ ਫਿਰ ਵੀ ਇੱਕ ਹੋਪ ਜਿੰਦੇ ਨੇ ਵੀ ਨਹੀਂ ਸ਼ਾਇਦ ਸਾਡਾ ਵੀਜ਼ਾ ਲੱਗ ਸਕਦਾ। ਜਿਵੇਂ ਕਿ ਮੈਂ ਵੀ ਕੋਸ਼ਿਸ਼ ਕਰਦਾ ਰਿਹਾ, 3 ਰਿਫਿਊਜ਼ਲ ਆ ਗਈਆਂ, ਬੰਦਾ ਬਹੁਤ ਉਹ ਹੋ ਜਾਂਦਾ, ਡਾਊਨ ਹੋ ਜਾਂਦਾ ਵੀ ਹਾਂ ਹੁਣ ਸ਼ਾਇਦ ਕੈਨੇਡਾ ਦਾ ਬਣੇ, ਬਟ ਜਿਵੇਂ ਕਿ ਮੈਨੂੰ ਮੇਰੇ ਸਿਸਟਰ ਬਾਹਰ ਹੀ ਰਹਿੰਦੇ ਆ ਤੇ ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਵੀ ਤੂੰ ਇੱਕ ਵਾਰੀ ਰਾਈਟ ਲਿੰਕ ਇਮੀਗ੍ਰੇਸ਼ਨ ਇੱਥੇ ਵਿਜ਼ਿਟ ਕਰ ਜੀ, ਤੇ ਮੈਂ ਉਸ ਤੋਂ ਬਾਅਦ ਸਰ ਨੇ ਮੈਨੂੰ ਕਿਹਾ ਵੀ ਤੂੰ ਆਪਣੇ ਆਇਲਟਸ ਸਕੋਰ ਇੰਪਰੂਵ ਕਰ, ਐਂਡ ਮੈਂ ਉਸ ਟਾਈਮ ਮੇਰੇ 1 ਦੇ ਵਿੱਚ 5.5 ਸੀਗੇ ਐਂਡ ਓਵਰਆਲ 6.5 ਬੈਂਡ ਸੀਗੇ ਜੀ, ਐਂਡ ਬਟ ਉਸ ਟਾਈਮ ਓਵਰਆਲ 6 ਵਾਲਾ ਜਿਹੜਾ ਸੀਗਾ SDS ਦਾ ਨਹੀਂ ਹੋਇਆ, ਉਹ ਨਹੀਂ ਹੋਇਆ ਸੀਗਾ। ਸੋ ਆਈ ਥਿੰਕ ਆਪਾਂ ਤਾਂ ਵੇਟ, ਮੈਂ ਤੁਹਾਨੂੰ ਕਿਹਾ ਸੀਗਾ ਵੀ ਸਟਿਲ ਵੇਟ ਕਰੋ ਵੀ ਜਦੋਂ ਅਪਡੇਸ਼ਨ ਹੁੰਦੀ ਆ ਤੁਹਾਡੀ ਫਾਈਲ ਰੈਡੀ ਆ, ਜਦੋਂ ਹੋਏਗੀ ਆਪਾਂ ਉਦੋਂ ਸਬਮਿਟ ਕਰਾਂਗੇ ਜੋ ਇੱਕ ਇਮੀਗ੍ਰੇਸ਼ਨ ਦੇ ਰੂਲ ਅਪਡੇਟ ਹੋਏਗੇ। ਹਾਂਜੀ ਜੀ, ਤੇ ਫਿਰ ਉਹ ਤੋਂ ਬਾਅਦ ਆਪਾਂ ਵੇਟ ਕਰੀ 10 ਅਗਸਤ ਦੀ ਜੀ, ਤੇ ਆਪਾਂ ਫਾਈਲ ਰੈਡੀ ਸਾਰੀ ਕੀਤੀ ਹੋਈ ਸੀਗੀ, ਤੇ ਜਿਸ ਦਿਨ ਮੇਰੀ ਫਾਈਲ ਲੱਗਣੀ ਸੀਗੀ ਜਦ ਇਹ ਆ ਗਿਆ ਵੀ ਹਾਂ 6 ਬੈਂਡ ਐਲੀਜੀਬਲ ਹੈਗੇ ਆ ਜੀ, ਤਾਂ ਫਿਰ ਫਾਈਲ ਲੱਗਣ ਤੋਂ 1 ਦਿਨ ਪਹਿਲਾਂ ਮੈਨੂੰ ਬੁਲਾਇਆ ਸਰ ਨੇ ਵੀ ਤੁਸੀਂ ਆਪਣੀ ਸਾਰੀ ਫਾਈਲ ਚੈੱਕ ਕਰੋ, ਸਾਰੇ ਡਾਕੂਮੈਂਟ ਜਿਹੜੇ ਵੀ ਲਾਏ ਆ, ਤੇ ਮੈਨੂੰ ਪਹਿਲੀ ਵਾਰੀ ਲੱਗਿਆ ਵੀ ਹਾਂ ਵੀ ਇੱਥੇ ਹੀ ਮੈਂ ਦੇਖਿਆ ਵੀ ਜਿਹੜੇ ਵੀ ਪ੍ਰੋਪਰਲੀ ਆਪਾਂ ਡਾਕੂਮੈਂਟ ਦੇਖਦੇ ਹਾਂ ਕੀ ਕੀ ਲਾ ਰਹੇ ਆ ਕੀ ਕੀ, ਜਿਵੇਂ ਗੱਲ ਕਰੀਏ ਆਪਾਂ ਸਭ ਤੋਂ ਪਹਿਲੀ ਗੱਲ ਸਟੇਟਮੈਂਟ SOP ਜੋ ਇੱਕ ਨਾਮ ਦਿੱਤਾ ਗਿਆ ਵੀ ਹੈ ਕੀ ਆ। ਸੋ ਮੈਨੂੰ ਇਹ ਲੱਗਦਾ ਵੀ ਬਹੁਤ ਬੱਚਿਆਂ ਨੂੰ ਤਾਂ ਇਹੀ ਨਹੀਂ ਪਤਾ ਵੀ ਸਟੇਟਮੈਂਟ ਵੀ ਲੱਗਦੀ ਆ ਵੀ ਸਾਡੀ ਫਾਈਲ ਦੇ ਵਿੱਚ ਜਿਸ ਬਿਹਾਫ ਤੇ ਇੱਕ ਆਫੀਸਰ ਉਹ ਸਟੇਟਮੈਂਟ ਨੂੰ ਪੜ੍ਹਨ ਤੋਂ ਬਾਅਦ ਹੀ ਤੁਹਾਡਾ ਡਿਸੀਜਨ ਬਣਾਉਂਦਾ। ਸੋ ਆਈ ਥਿੰਕ ਤੁਸੀਂ ਵੀ ਅਭਿਜੀਤ ਜਦੋਂ ਫਾਈਲ ਲੱਗਣੀ ਸੀਗੀ ਤੁਹਾਨੂੰ ਤੁਹਾਡਾ ਜਿਹੜਾ ਫਾਰਮ ਸੀ 12-94-5445 ਫੈਮਿਲੀ ਫਾਰਮ SOP ਤੁਸੀਂ ਪੜ੍ਹੀ ਸੀ ਖੁਦ? ਹਾਂਜੀ, ਮੈਂ ਤੁਹਾਨੂੰ ਇਹ ਦੱਸਦਾ ਵੀ ਮੈਂ ਇਕੱਲੀ ਇਕੱਲੀ ਜਿਹੜੇ ਵੀ ਡਾਕੂਮੈਂਟ ਸੀਗੇ ਮੈਂ ਸਾਰੇ ਪੜ੍ਹੇ, ਤੇ ਮੈਂ ਬਹੁਤ ਇੰਪ੍ਰੈਸ ਹੋਇਆ ਵੀ ਇਹ ਚੀਜ਼ ਹੈ ਜਿਹੜੀ ਇਹ ਸਿਰਫ ਮੈਂ ਰਾਈਟ ਲਿੰਕ ਇਮੀਗ੍ਰੇਸ਼ਨ ਤੇ ਹੀ ਦੇਖੀ ਹੈ, ਕਿਉਂਕਿ ਮੈਂ ਪਹਿਲਾਂ ਵੀ ਹੋਰ ਜਗ੍ਹਾ ਤੇ ਗਿਆ
ਬਟ ਉਹਨਾਂ ਨੇ ਮੈਨੂੰ ਇਹ ਚੀਜ਼ਾਂ ਦਾ ਪ੍ਰੋਪਰ ਗਾਈਡੈਂਸ ਨਹੀਂ ਦਿੱਤੀ ਵੀ ਕਿਵੇਂ ਆਪਾਂ ਕਿਹੜੀ ਤਰੀਕੇ ਨਾਲ ਡਾਕੂਮੈਂਟ ਲਾਣੇ ਹੈ ਐਂਡ SOP ਵੀ ਮੈਂ ਪ੍ਰੋਪਰਲੀ ਕਲੀਅਰ ਨਹੀਂ ਪੜ੍ਹੀ ਨਹੀਂ ਸੀਗੀ ਕਿਤੇ ਬਟ ਇੱਥੇ ਜਦ ਮੈਂ ਪੜ੍ਹੀ ਤੇ ਮੈਨੂੰ ਵਿਸ਼ਵਾਸ ਹੋ ਗਿਆ ਸੀਗਾ ਵੀ ਹਾਂ ਹੁਣ ਸ਼ਾਇਦ ਮੇਰਾ ਵੀਜ਼ਾ ਆ ਜਾਏਗਾ ਯਾਨੀ ਕਿ ਇਹ ਚੀਜ਼ ਤੁਸੀਂ ਮੰਨਦੇ ਹੋ ਅਭਿਜੀਤ ਕਿ ਇੱਕ ਜਿਹੜੀ ਪ੍ਰੋਪਰ ਪ੍ਰੈਜੈਂਟੇਸ਼ਨ ਜਾਂ ਇੱਕ ਫਾਈਲ ਨੂੰ ਵਧੀਆ ਤਰੀਕੇ ਨਾਲ ਰੀਪ੍ਰੈਜੈਂਟ ਕਰਨਾ ਆਫਿਸਰ ਅੱਗੇ ਆਫਿਸਰ ਨੂੰ ਵੀ ਲੱਗੇ ਵਾਕਈ ਯਾਰ ਵੀ ਬੱਚੇ ਨੇ ਮਿਹਨਤ ਕੀਤੀ ਹੈ ਆਪਾਂ ਉੱਥੇ ਇਹ ਚੀਜ਼ ਮੈਟਰ ਨਹੀਂ ਕਰਦੀ ਵੀ ਤੁਹਾਡੇ ਬੈਂਡ ਸਕੋਰ ਕੀ ਨੇ ਤੁਹਾਡੀ ਪਰਸੈਂਟੇਜ ਕੀ ਹੈ ਸੋ ਇੱਥੇ ਆ ਜਾਂਦੀ ਹੈ ਪ੍ਰੈਜੈਂਟੇਸ਼ਨ ਜੇ ਆਪਾਂ ਦੇਖੀਏ ਰਿਫਿਊਜ਼ ਤਾਂ ਫਿਰ ਵੀ ਕਰ ਸਕਦੇ ਸੀ ਵੀ ਤੁਹਾਡੀ ਪਰਸੈਂਟੇਜ ਘੱਟ ਆ 10th ਦੀ ਪਲੱਸ 2 ਦੀ ਵੀ ਬਟ ਫਿਰ ਆ ਜਾਂਦੀ ਹੈ ਵੀ ਸਟੇਟਮੈਂਟ ਤੇ ਆਪਾਂ ਆਪਣਾ ਇੱਕ ਸਟੋਰੀ ਨੂੰ ਰਿਪ੍ਰੈਜੈਂਟ ਕੀਤਾ ਵੀ ਮੇਰੀ ਫੈਮਿਲੀ ਇਹ ਕਰਦੇ ਆ ਫਾਦਰ ਇਹ ਕਰਦੇ ਨੇ ਮੈਂ ਕਿਉਂ ਯਾਰਕ ਵਿਲਾ ਆਪਾਂ ਅਪਲਾਈ ਕੀਤਾ ਕਿਉਂ ਜਾਣਾ ਸਾਰਾ ਰੀਜ਼ਨ ਆਪਾਂ ਰਿਪ੍ਰੈਜੈਂਟ ਕੀਤਾ ਸੋ ਪੁਰਾਣੀਆਂ ਤੁਹਾਡੀਆਂ ਰਿਫਿਊਜ਼ਲਾਂ ਸੀਗੀਆਂ ਉਹਨਾਂ ਨੂੰ ਆਪਾਂ ਸਟੱਡੀ ਕੀਤਾ ਆਫਿਸਰ ਨੇ ਕੀ ਰੀਜ਼ਨ ਦਿੱਤੇ ਨੇ ਤੁਹਾਡੀ ਫਾਈਲ ਦੇ ਵਿੱਚ ਵੀ ਕਿਉਂ ਰਿਫਿਊਜ਼ ਕਰ ਰਹੇ ਨੇ ਆਈ ਥਿੰਕ ਆਪਾਂ ਸਾਰੇ ਕੇਪਸ ਨੋਟ ਵੀ ਦੁਬਾਰਾ ਦੁਬਾਰਾ ਤੋਂ ਅਪਲਾਈ ਵੀ ਕੀਤੇ ਸੀਗੇ ਸਾਰੇ ਕੇਪਸ ਨੋਟ ਵਿਦ ਡਾਕੂਮੈਂਟ ਵਿਦ ਡਾਕ ਕਿਉਂਕਿ ਇਹਦੇ ਨਾਲ ਹੀ ਪਤਾ ਚੱਲਿਆ ਵੀ ਕਿਹੜੇ ਕਿਹੜੇ ਪਹਿਲੇ ਮਿਸਟੇਕਸ ਹੋਈਆਂ ਆਪਣੀਆਂ ਤੇ ਜਿਸ ਕਰਕੇ ਮੇਰੀ ਹੁਣ ਪ੍ਰੂਫ ਹੋਇਆ ਵੀਜ਼ਾ ਵੀ ਰਾਈਟ ਕਲੀਅਰ ਹੋਇਆ ਜੀ ਸੋ ਅਭਿਜੀਤ ਜੇ ਆਪਾਂ ਗੱਲ ਕਰੀਏ ਸਬਮਿਸ਼ਨ ਨੂੰ ਆਪਾਂ ਕਦੋਂ ਆਈ ਆਲਮੋਸਟ ਕਿੰਨੇ ਕੁ ਦਿਨਾਂ ਤੁਹਾਡਾ ਵੀਜ਼ਾ ਅਪਰੂਵ ਹੋ ਗਿਆ ਮੇਰਾ ਆਲਮੋਸਟ 1 ਮੰਥ ਦੇ ਵਿੱਚ ਵੀਜ਼ਾ ਆ ਗਿਆ ਸੀਗਾ ਮੈਂ ਸਪਟੰਬਰ 18 ਨੂੰ ਲਾਈ ਸੀ 2023 ਜੀ ਐਂਡ ਅਕਤੂਬਰ 18 ਨੂੰ ਹੀ ਮੇਰਾ ਅਪਰੂਵਲ ਆ ਗਈ ਸੀਗੀ ਜੀ ਤੇ ਮੈਂ ਵੀ ਕਾਫੀ ਹੈਰਾਨ ਹੋ ਗਿਆ ਸੀ ਕਿਉਂਕਿ ਉਸ ਟਾਈਮ ਕੈਨੇਡਾ ਡਿਪਲੋਮੈਟਸ ਦਾ ਰਾਈਟ ਬੜਾ ਚੱਲ ਰਿਹਾ ਸੀਗਾ ਜੀ ਜੀ ਬਟ ਆ ਹੀ ਗਿਆ ਵੀਜ਼ਾ ਫਿਰ ਚਲੋ ਹਾਂਜੀ ਬਹੁਤ ਵਧੀਆ ਅਭਿਜੀਤ ਸੋ ਅਭਿਜੀਤ ਲਾਸਟ ਮੇਰਾ ਕੁਐਸਚਨ ਰਹੇਗਾ ਸਜੈਸ਼ਨ ਕੀ ਰਹੇਗੀ ਤੁਹਾਡੀ ਉਹ ਸਟੂਡੈਂਟਸ ਨੂੰ ਆਈ ਥਿੰਕ ਤੁਸੀਂ ਵੀ ਪਹਿਲਾਂ ਸਾਡੀ ਬਹੁਤ ਵੀਡੀਓ ਦੇਖੀਆਂ ਨੇ ਰਿਫਿਊਜ਼ਲ ਵਾਲੀਆਂ ਨੋ ਰਿਫਿਊਜ਼ਲ ਵਾਲੀ ਵੀ ਦੇਖੀ ਹੈ ਹਨਾ ਗੈਪ ਵਾਲੀਆਂ ਵੀ ਜਿਹਦਾ 10 ਸਾਲ ਦਾ 15 ਸਾਲ ਦਾ ਗੈਪ ਸੀਗਾ ਫਿਰ ਵੀ ਉਹਨਾਂ ਦਾ ਸਟੱਡੀ ਵੀਜ਼ਾ ਅਪਰੂਵ ਕਰਾਇਆ ਰਾਈਟਿੰਗਸ ਨੇ ਤੁਸੀਂ ਕੀ ਸੁਜੈਸਟ ਕਰੋਗੇ ਉਹਨਾਂ ਸਟੂਡੈਂਟ ਨੂੰ ਜਿਹੜੇ ਹਲੇ ਵੀ ਸੋਚ ਰਹੇ ਨੇ ਵੀ ਸਾਡੀਆਂ 4 ਰਿਫਿਊਜ਼ਲ ਆ ਗਈਆਂ ਸਾਡਾ ਗੈਪ ਬਹੁਤ ਜ਼ਿਆਦਾ ਹੈਗਾ ਕਿ ਅਸੀਂ ਟਰਾਈ ਕਰੀਏ ਨਾ ਕਰੀਏ ਜਾਂ ਸਾਡਾ PT 56 ਹੈ 60 ਹੈ ਜਾਂ ਆਇਲਸ 2 ਚੋਂ 5.5 ਓਵਰ 6 ਬੈਂਡ ਨੇ ਕੀ ਸੁਜੈਸਟ ਕਰੋਗੇ ਵੀ ਅਪਲਾਈ ਕਰਨ ਜਾਂ ਨਾ ਰਾਈਟ ਮੈਂ ਤਾਂ ਪਹਿਲਾਂ ਇਹੀ ਕਹਾਂਗਾ ਸਾਰਿਆਂ ਨੂੰ ਵੀ ਤੁਸੀਂ ਜੇ ਅਪਲਾਈ ਵੀ ਕਰਨਾ ਤਾਂ ਪਹਿਲਾਂ ਰਾਈਟ ਲਿੰਕ ਇਮੀਗ੍ਰੇਸ਼ਨ ਤੇ ਵਿਜ਼ਿਟ ਕਰੋ ਕਿਉਂਕਿ ਇਹ ਪ੍ਰੋਪਰ ਸਲਾਹ ਦੇਣਗੇ ਤੁਹਾਨੂੰ ਤੇ ਜਿਹੜੇ ਵੀ ਡਾਕੂਮੈਂਟੇਸ਼ਨ ਹੋਏਗੀ ਉਹ ਤੁਹਾਡੇ ਆਨਲਾਈਨ ਇੱਕ ਐਪ ਹੈ ਇਹਨਾਂ ਦੀ ਜੀ ਉੱਥੇ ਸਾਰਾ ਕੁਝ ਪਤਾ ਚੱਲ ਜਾਏਗਾ ਵੀ ਕਿਵੇਂ ਕਿਵੇਂ ਪ੍ਰੋਸੈਸ ਹੋ ਰਹੀ ਹੈ ਤੇ ਇਸ ਚੀਜ਼ ਨੇ ਮੈਨੂੰ ਬਹੁਤ ਫਾਇਦਾ ਦਿੱਤਾ ਕਿਉਂਕਿ ਆਪਾਂ ਬਾਕੀ ਜਿਹੜੇ ਹੁੰਦੇ ਆ ਉੱਥੇ ਜਾਂਦੇ ਆ ਆਪਾਂ ਨੂੰ ਪ੍ਰੋਪਰ ਗਾਈਡੈਂਸ ਨਹੀਂ ਮਿਲਦੀ ਵੀ ਕਿਹੜੇ ਫਾਈਲ ਕਿਹੜੇ ਡਾਕੂਮੈਂਟਸ ਲੱਗ ਰਹੇ ਹੈ ਕੀ ਨਹੀਂ ਬਟ ਇਸ ਦੇ ਨਾਲ ਆਪਾਂ ਨੂੰ ਬਹੁਤ ਫਾਇਦਾ ਮਿਲਿਆ ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਵੀ ਲਾਈਕ ਜਿਵੇਂ ਅੱਜ ਕੱਲ੍ਹ ਜ਼ਮਾਨਾ ਆਨਲਾਈਨ ਦਾ ਆਪਾਂ ਕੋਈ ਵੀ ਚੀਜ਼ ਵੀ ਖਰੀਦਦੇ ਹਾਂ ਤਾਂ ਆਪਾਂ ਆਨਲਾਈਨ ਪਲੇਟਫਾਰਮ ਤੇ ਜਾਂਦੇ ਹਾਂ ਭਾਵੇਂ ਉਹ ਫਲਿੱਪਕਾਰਟ ਐਮਾਜ਼ੋਨ ਹੈ ਤਾਂ ਉਹਨੇ ਈਜ਼ੀ ਕਰਤਾ ਈਜ਼ੀ ਅਪਰੋਚ ਕਰਤਾ ਵੀ ਤੁਹਾਨੂੰ ਬਾਜ਼ਾਰ 'ਚ ਜਾਣ ਦੀ ਲੋੜ ਨਹੀਂ ਸੋ ਇਸੇ ਤਰ੍ਹਾਂ ਟਾਈਮ ਟੂ ਟਾਈਮ ਹਰ ਇੱਕ ਫੀਲਡ ਨੂੰ ਚੇਂਜ ਹੋਣਾ ਪੈਂਦਾ ਸੋ ਸਾਡਾ ਜਿਹੜਾ ਇੱਕ ਮੇਨ ਰੀਜ਼ਨ ਸੀਗਾ ਇਹ ਚੀਜ਼ ਨੂੰ ਆਨਲਾਈਨ ਕਰਨਾ ਉਹ ਇਹੀ ਸੀਗਾ ਕਿ ਬੱਚਿਆਂ ਨਾਲ ਫਰੋਡ ਨਾ ਹੋਵੇ ਜਾਂ ਉਹਨਾਂ ਨੂੰ ਇਹ ਨਾ ਹੋਵੇ ਵੀ ਸਾਡੀ ਫਾਈਲ 'ਚ ਲੱਗਿਆ ਕੀ ਆ ਸੋ ਆਪਾਂ ਤੁਸੀਂ ਵੀ ਸੁਣਿਆ ਹੋਣਾ ਵੀ ਪਿਛਲੇ ਸਾਲ ਦੇ ਵਿੱਚ ਦੇਖੀਏ ਕਾਫੀ ਬੱਚਿਆਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ ਸਿਰਫ ਉਹ ਇਹੀ ਰੀਜ਼ਨ ਸੀਗਾ ਵੀ ਉਹਨੂੰ ਇਹੀ ਨਹੀਂ ਪਤਾ ਸੀਗਾ ਕਿ ਮੈਕਸੀਮਮ ਲੋਕ ਪੈਕੇਜ ਦੇ ਵਿੱਚ ਡੀਲ ਕਰਦੇ ਨੇ ਭਾਵੇਂ ਕੈਨੇਡਾ ਆਸਟ੍ਰੇਲੀਆ ਸੋ ਉਹਨਾਂ ਨੂੰ ਪੈਕੇਜ ਬੱਚੇ ਨੇ ਇਹੀ ਦੱਸਿਆ ਜਾਂਦਾ ਵੀ ਤੁਹਾਡਾ ਕਿਹੜਾ ਕਾਲਜ ਆ ਕੀ ਪ੍ਰੋਗਰਾਮ ਆ ਹੁਣ ਸਿੰਪਲ ਜੀ ਗੱਲ ਇੱਕ ਆਫਿਸਰ ਦੀ ਡਿਊਟੀ ਹੈ ਜਿਹਨੇ ਤੁਹਾਡੀ ਇਮੀਗ੍ਰੇਸ਼ਨ ਕਲੀਅਰ ਕਰਨੀ ਹੈ ਜਿਹਨੇ ਦੱਸਣਾ ਵੀ ਹਾਂਜੀ ਤੁਸੀਂ ਕਿੱਥੇ ਚੱਲੇ ਹੋ ਤੁਹਾਡਾ ਕਿਹੜਾ ਕਾਲਜ ਆ ਕੀ ਪ੍ਰੋਗਰਾਮ ਹੈ ਹੁਣ ਜਦੋਂ ਬੱਚੇ ਨੇ ਇਹ ਚੀਜ਼ ਦਾ ਨਹੀਂ ਪਤਾ ਹੋਊਗਾ ਤਾਂ ਸਿੰਪਲ ਜੀ ਗੱਲ ਆਫਿਸਰ ਦਾ ਆਫਿਸਰ ਨੇ ਰਿਜੈਕਟ ਕਰੂਗਾ ਸੋ ਉਹ ਰੀਜ਼ਨ ਸੀਗੇ ਸੋ ਸਾਡਾ ਸ਼ੁਰੂ ਤੋਂ ਇਹੀ ਚੀਜ਼ ਰਿਹਾ ਵੀ
ਬੱਚੇ ਨੂੰ ਹਰ ਇੱਕ ਚੀਜ਼ ਵੱਲ ਅਵੇਅਰ ਹੋਵੇ, ਨੂੰ ਪਤਾ ਹੋਵੇ ਵੀ ਮੇਰੀ ਫਾਈਲ ਦੇ ਵਿੱਚ ਕੀ ਚੱਲ ਰਿਹਾ, ਕੀ ਨਹੀਂ, ਕੀ ਡਾਕੂਮੈਂਟ ਲੱਗੇ ਨੇ। ਸੋ ਉਹੀ ਚੀਜ਼ ਨੂੰ ਲੈ ਕੇ ਅਸੀਂ ਡੇ ਬਾਏ ਡੇ ਇੰਪਰੂਵਮੈਂਟ ਕਰ ਰਹੇ ਹਾਂ ਰਾਈਟਿੰਗਸ ਦੇ ਵਿੱਚ। ਸੋ ਮੈਂ ਤਾਂ ਇਹ ਸਜੈਸਟ ਕਰੂੰਗਾ ਕਿ ਜੇਕਰ ਤੁਸੀਂ ਵੀ ਪਲੈਨ ਕਰ ਰਹੇ ਹੋ ਜਾਂ ਕਨਫਿਊਜ਼ ਹੋ ਹਜੇ ਵੀ ਇਹ ਚੀਜ਼ ਨੂੰ ਲੈ ਕੇ ਵੀ ਸਾਡਾ ਗੈਪ ਪੈ ਚੁੱਕਿਆ, ਸਾਡੀਆਂ ਰਿਫਿਊਜ਼ਲਾਂ ਬਹੁਤ ਜ਼ਿਆਦਾ ਆ ਚੁੱਕੀਆਂ ਨੇ, ਅਸੀਂ ਨਹੀਂ ਜਾ ਸਕਦੇ ਜਾਂ ਬੈਂਡ ਘੱਟ ਨੇ, ਸੋ ਮੈਂ ਇਹੀ ਜ਼ਰੂਰ ਕਹੂੰਗਾ ਇੱਕ ਵਾਰ ਰਾਈਟਲਿੰਗਸ ਵਿਜ਼ਿਟ ਕਰੋ ਤੇ ਆਪਣੇ ਡਾਕੂਮੈਂਟ ਨਾਲ ਲੈ ਕੇ ਆਓ ਜਾਂ ਆਉਣ ਤੋਂ ਪਹਿਲਾਂ ਆਪਣੀ ਅਪਾਇੰਟਮੈਂਟ ਬੁੱਕ ਕਰਵਾਓ, ਤਾਂ ਕਿ ਜੋ ਇੱਕ ਤੁਸੀਂ ਸਹੀ ਪਰਸਨ ਨੂੰ ਜਾਂ ਸਹੀ ਕੰਪਨੀ ਨੂੰ ਅਪਰੋਚ ਕਰਕੇ ਆਪਣਾ ਹਰ ਕੰਟਰੀ ਦਾ ਜਾਂ ਕੈਨੇਡਾ, ਆਸਟ੍ਰੇਲੀਆ, ਯੂਕੇ ਜਾਣ ਦਾ ਸੁਪਨਾ ਪੂਰਾ ਕਰ ਸਕੋ। ਹੋਰ ਵਧੇਰੀ ਜਾਣਕਾਰੀ ਲਈ ਸਾਡੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰਕੇ ਸਾਨੂੰ ਮਿਲ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ।